ਸਾਰਿਆਂ ਨਬੀ ਅਰਜ਼ ਕੀਤੀ ਯਾ ਅੱਲਾ, ਸਾਰਿਆਂ ਨਬੀ ਅਰਜ਼ ਕੀਤੀ ਯਾ ਅੱਲਾ, ਹੁਣ ਜਲਸਾ ਮੁੱਕ ਗਿਆ ਜਾਵੀਏ। ਫਰਮਾਇਆ ਨਹੀਂ ਨਹੀਂ ਅਜੇ ਬਾਕੀ ਹੈ, ਯਾ ਅੱਲਾ ਹੁਕਮ ਹੋਵੇ। ਫਰਮਾਇਆ ਕਾਲ ਅਕਰਰਤੁਮ ਵਅਖਜ਼ਤੁਮ ਅਲਾ ਜ਼ਾਲਿਕੁਮ ਮਿਸਰੀ, ਫਰਮਾਇਆ ਜਿਹੜੀ ਮੈਂ ਮਹਿਬੂਬ ਦੀ ਅਜ਼ਮਤ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ, ਨਬੀਓ ਨੂੰ ਮੰਨਦੇ ਹੋ? ਸਾਰੇ ਅਰਜ਼ ਕੀਤੀ ਕਾਲੂ ਅਕਰਰ ਨਾ, ਮੌਲਾ ਅਸੀਂ ਮੰਨਨੇ ਆ। ਮੈਂ ਮੰਨ ਲਿਆ ਯਾ ਅੱਲਾ, ਮੰਨ ਲਿਆ ਤੇ ਯਾ ਅੱਲਾ ਹੁਣ ਜਾਈਏ, ਜਲਸਾ ਮੁੱਕ ਗਿਆ। ਪਰ ਮੈਂ ਨਹੀਂ ਅਜੇ ਬਾਕੀ ਹੈ। ਔਰ ਮੈਂ ਹੁਣ ਇੱਕ ਜੁਮਲਾ ਤੁਹਾਡੇ ਵਾਸਤੇ ਵੀ ਕਹਿਣ ਲੱਗਾ, ਗੌਰ ਕਰਿਆ ਜੀ। ਅਰਜ਼ ਕੀਤੀ ਯਾ ਅੱਲਾ, ਜਦੋਂ ਤੌਹੀਦ ਦਾ ਜਲਸਾ ਕੀਤਾ ਸੀ, ਅੱਜ ਵੀ ਝਟਪਟ ਮੁੱਕ ਜਾਂਦੇ ਨੇ? ਸਾਡੇ ਸੁਣੀ ਆ ਕੇ ਸਾਨੂੰ ਫੜ ਲੈਂਦੇ ਨੇ, ਤੁਸੀਂ ਸਾਰੀ ਰਾਤ ਹੀ ਲਮਕਾਈ ਰੱਖਦੇ ਹੋ, ਅਗਲੇ ਝਟਪਟ ਮੁਕਾ ਦਿੰਦੇ ਨੇ। ਅੱਜ ਮੈਂ ਇਹ ਵੀ ਤੁਹਾਡੀ ਗੱਲ ਮੁਕਾ ਜਾਂਦਾ, ਇਹ ਗੱਲ ਗੌਰ ਨਾਲ ਸੁਣ ਲਿਆ ਜਰਾ। ਅਰਜ਼ ਕੀਤੀ ਯਾ ਅੱਲਾ, ਜਦੋਂ ਤੌਹੀਦ ਦਾ ਜਲਸਾ ਫਰਮਾਇਆ, ਉਦੋਂ ਤੁਸੀਂ ਫਰਮਾਇਆ ਲਸਤੁ ਬੀ ਰੱਬੀਕੁਮ, ਮੈਂ ਤੁਹਾਡਾ ਰੱਬ ਹਾਂ ਕਿ ਨਹੀਂ? ਸਾਰੇ ਅਰਜ਼ ਕੀਤੀ ਕਾਲੂ ਬਲਾ, ਯਾ ਅੱਲਾ ਤੂੰ ਸਾਡਾ ਰੱਬ ਹੈ, ਤੇ ਤੁਸੀਂ ਫਰਮਾਇਆ ਸੀ ਜਾਓ ਜਲਸਾ ਮੁੱਕ ਗਿਆ, ਤੇ ਯਾ ਅੱਲਾ ਹੁਣ ਮਹਿਬੂਬ ਦੀ ਵਾਰੀ ਆਈ ਹੈ ਤੇ ਮੁੱਕਦਾ ਹੀ ਨਹੀਂ ਪਿਆ। ਫਰਮਾਇਆ ਕੀ ਕਰਾਂ, ਸੁਨੀਆ ਇਸ਼ਾ ਵਾਲੇ ਦਾ ਟਾਈਮ ਦੇ ਕੇ 11 ਵਜੇ ਸ਼ੁਰੂ ਕਰਨਾ, 10 ਫਜਰ ਵਾਲੇ ਇਹਨਾਂ ਮੁਕਾਣਾ, ਤੇ ਗੈਰਾ ਤਾਨੇ ਮਾਰ ਲੈਣੇ ਕਿ ਏਡਾ ਲੰਮਾ ਵੀ ਜਲਸਾ ਹੁੰਦਾ, ਏਡਾ ਲੰਮਾ ਵੀ ਮਿਲਾਦ ਹੁੰਦਾ, ਇਹ ਗੈਰਾ ਗੱਲਾਂ ਕਰਨੀਆਂ ਨੇ। ਫਰਮਾਇਆ ਸੁਣ ਲਓ ਮੇਰੇ ਮਹਿਬੂਬ ਦੇ ਗੁਲਾਮੋ, ਅਗਰ ਕੋਈ ਪੁੱਛੇ ਕਿ ਇਤਨਾ ਲੰਮਾ ਮਿਲਾਦ ਹੁੰਦਾ, ਕੁਰਾਨ ਖੋਲ ਕੇ ਉਹਦੇ ਅੱਗੇ ਰੱਖੋ, ਆਇਤ ਪੜ੍ਹ ਕੇ ਸੁਣਾਓ, ਉਹਨੂੰ ਆਖੋ ਸਾਡੇ ਗੱਲ ਨਾ ਲੱਗ, ਕੁਰਾਨ ਪੜ੍ਹ ਤੇ ਰੱਬ ਨੂੰ ਪੁੱਛ ਕਿ ਤੂੰ ਮਹਿਬੂਬ ਦਾ ਮਿਲਾਦ ਦਾ ਜਲਸਾ ਏਡਾ ਲੰਬਾ ਕਿਉਂ ਕੀਤਾ ਹੋਇਆ। ਮੈਂ ਤਾਂ ਨਹੀਂ, ਮੈਂ ਕੁਰਾਨ ਪੇਸ਼ ਕਰ ਰਿਹਾ। ਕਾਲੂ ਅਕਰਰਨਾ, ਯਾ ਅੱਲਾ ਅਸੀਂ ਮੰਨ ਗਏ। ਅੱਲਾ ਨੇ ਫਰਮਾਇਆ ਕਾਲ ਫਸ਼ਹਦੂ, ਇੱਕ ਦੂਸਰੇ ਤੇ ਗਵਾਹ ਹੋ ਜਾ, ਯਾ ਅੱਲਾ ਹੋ ਗਏ ਆ। ਫਰਮਾਇਆ ਖਲੋ ਜੋ, ਵਾਨਾ ਮਾਕੁਮ ਮਿਨ ਸ਼ਾਹਿਦੀ, ਮੈਂ ਰੱਬ ਹੋ ਕੇ ਤੁਹਾਡੇ ਸਾਰਿਆਂ ਤੇ ਗਵਾਹ ਹੋ ਜਾਣਾ। ਅੱਛਾ, ਅਗਲਾ ਜੁਮਲਾ ਤੁਸੀਂ ਸੁਣਨਾ, ਔਰ ਖੁਦਾ ਦੀ ਕਸਮੇ ਮੇਰੇ ਕਰੀਮ ਆਕਾ ਦੀ ਅਜ਼ਮਤ ਦੇਖੋ। ਆਵਾਜ਼ ਆਈ, ਫਮਨ ਤਵੱਲਾ ਬਾਦ ਅਜ਼ਾਲਿਕਾ ਫਉਲਾਇਕਾ ਹੁਮੁਲ ਫਾਸਿਕੂਨ, ਫਰਮਾਇਆ ਜਿਨ੍ਹਾਂ ਮੇਰੇ ਹਬੀਬ ਦੀ ਅਜ਼ਮਤ ਨੂੰ ਨਾ ਮੰਨਿਆ, ਬੇਅਦਬਤ ਫਾਸਕਾਂ ਚ ਹੋ ਜਾਏਗਾ। ਆਏ ਹਾਏ ਹਾਏ, ਜਿਨ੍ਹਾਂ ਮੇਰੇ ਮਹਿਬੂਬ ਦੀ ਅਜ਼ਮਤ ਨੂੰ ਨਾ ਮੰਨਿਆ, ਫਰਮਾਇਆ ਉਹ ਬੇਅਦਬਾ ਚ ਹੋ ਜਾਏਗਾ, ਫਸਕਾ ਚ ਹੋ ਜਾਏਗਾ। ਅਜ਼ਰਾ, ਇਹ ਜਲਸਾ ਖਤਮ ਹੋਇਆ, ਅੱਲਾ ਨੇ ਆਪਣੇ ਨੂਰ ਦੇ ਨਾਲ ਮਹਿਬੂਬ ਦਾ ਨੂਰ ਜੁਦਾ ਕੀਤਾ। ਆਂਦਾ ਜੀ ਫਿਰ ਤਾਂ ਘਟ ਗਿਆ ਹੁਣ, ਮੈਂ ਨੌਸ਼ੋ ਪਾਕ ਦੀ ਬਾਰਗਾਹ 'ਚ ਨਾ ਹਾਜ਼ਰੀ ਦਿਆਂ, ਆਪਣੇ ਆਖਰੀ ਦਿਨਾਂ ਦੇ ਅੰਦਰ ਜਿਹਦੇ ਵੱਲ ਨਜ਼ਰ ਕਰਨੀ ਨਾ, ਵਲੀ ਬਣਾ ਦੇਣਾ। ਬੰਦਾ ਖਾਵੇ ਵਲੀਆਂ ਦੇ ਨਾਂ ਦਾ, ਤੇ ਬੋਲਣ ਦੀ ਵਾਰੀ ਆਏ ਤੇ ਡੰਡੀ ਮਾਰੇ, ਦੇਵ ਨਹੀਂ ਦਿੰਦਾ। ਸੁਣੀਓ, ਤੁਹਾਨੂੰ ਉੱਚਾ ਕੋ ਸੁਭਾਨ ਅੱਲਾ, ਆਪਨੇ ਜਿਹਦੇ ਵੱਲ ਨਿਗਾਹ ਕਰਨੀ ਤਾਜਦਾਰੇ ਨਸ਼ਾ ਨੇ, ਜਿਹਦੇ ਵੱਲ ਨਿਗਾਹ ਕਰਨੀ ਵਲੀ ਬਣਾ ਦੇਣਾ। ਕਿਸੇ ਆਖਿਆ ਹਜ਼ੂਰ ਵਿਲਾਇਤ ਬੜੀ ਸਸਤੀ ਕਰ ਛੱਡੀ ਦੇ, ਪਰ ਮੈਂ ਚੱਲ ਵੱਡੇ ਲੈ ਦੀਵੇ ਲੈ ਕੇ ਆਵੀਂ। ਉਹ 10-8 ਦੀਵੇ ਲੈ ਕੇ ਆਇਆ, ਪਰ ਮੈਂ ਉਹ ਜਿਹੜਾ ਮੇਰਾ ਦੀਵਾ ਪਿਆ ਬਲਦਾ ਨਾ, ਉੱਥੋਂ ਜਿਹੜਾ ਬਾਲਕਾ ਤੇ ਲਿਆ ਸਾਰੇ, ਜਿਹੜੇ ਵੇਲੇ ਬਾਲਕਾ ਲਿਆਂਦੇ ਨਾ ਹਜ਼ੂਰ ਬਾਲਕਾ ਨੇ, ਪਰ ਮੈਂ ਕਿੰਨੇ ਆਉਂਦੇ ਸਨੀ ਹਜ਼ੂਰ, 10-12 ਸਨ। ਪਰ ਮੈਂ ਇੱਧਰ ਉੱਠ ਕੇ ਵੇਖ ਕੇ ਆ, ਮੇਰੇ ਦੀਵੇ ਚੋਂ ਕੁਝ ਕੱਟਿਆ ਹਜ਼ੂਰ, ਕੁਝ ਨਹੀਂ ਕੱਟਿਆ, ਤੇ ਫਿਰ ਮੈਂ ਅਜੇ ਵੀ ਸਮਝ ਨਹੀਂ ਲੱਗੀ, ਫਰਮਾਇਆ ਅਜੇ ਵੀ ਸਮਝ ਨਹੀਂ ਲੱਗੀ ਕਿ ਜਿਹੜਾ ਦੀਵਾ ਮੈਂ ਬਾਲਿਆ ਉਹਦੇ ਚੋਂ ਤਾਂ ਕੁਝ ਕੱਟਿਆ ਨਹੀਂ, ਤੇ ਜਿਹੜਾ ਦੀਵਾ ਮਦੀਨੇ ਵਾਲੇ ਬਾਲਿਆ ਉਹਦੇ ਚੋਂ ਕਦੋਂ ਕੁਝ ਕੱਟ ਸਕਦਾ ਹੈ।